ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ। ਜੇਲ੍ਹ ਦੇ ਅੰਦਰ ਗੈਂਗਸਟਰਾਂ ਨੇ ਸੀਆਰਪੀਐਫ ਜਵਾਨਾਂ ਉੱਤੇ ਹਮਲਾ ਕਰ ਦਿੱਤਾ ਹੈ। ਦੱਸਦੇ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ 'ਚ ਰਹੀ ਹੈ, ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ। ਇੱਥੇ ਜੇਲ੍ਹ ਦੇ ਅੰਦਰ ਗੈਂਗਸਟਰਾਂ ਨੇ ਸੀਆਰਪੀਐਫ ਜਵਾਨਾਂ 'ਤੇ ਹਮਲਾ ਕਰ ਦਿੱਤਾ। ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਨੇ ਸਾਥੀਆਂ ਦੇ ਨਾਲ ਇਹ ਅਟੈਕ ਕੀਤਾ ਹੈ। ਡਿਊਟੀ 'ਤੇ ਤੈਨਾਤ ਸੀਆਰਪੀਐਫ ਜਵਾਨ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ, ਜਿਸ ਦੇ ਨਾਲ ਇਹ ਹਮਲਾ ਹੋਇਆ ਹੈ। ਸੀਆਰਪੀਐਫ ਦੇ ਜਵਾਨ ਇਸ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ 'ਤੇ ਹਮਲਾ ਹੋਇਆ। ਦੱਸਦੇ ਕਿ ਜੇਲ੍ਹ ਦੇ ਅੰਦਰ ਗੈਂਗਸਟਰਾਂ ਨੇ ਸੀਆਰਪੀਐਫ ਜਵਾਨਾਂ ਉੱਤੇ ਇਹ ਹਮਲਾ ਕੀਤਾ। ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਜੋ ਇੱਥੇ ਬੰਦ ਨੇ, ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਪੂਰੇ ਅਟੈਕ ਨੂੰ ਕੀਤਾ ਅਤੇ ਡਿਊਟੀ 'ਤੇ ਤੈਨਾਤ ਸੀਆਰਪੀਐਫ ਦੇ ਜਵਾਨਾਂ ਨੂੰ ਇਸ ਹਾਦਸੇ ਵਿੱਚ ਜ਼ਖਮੀ ਕਰ ਦਿੱਤਾ। ਬਠਿੰਡਾ ਦੀ ਕੇਂਦਰੀ ਜੇਲ੍ਹ ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ 'ਚ ਰਹੀ ਹੈ, ਇੱਕ ਵਾਰ ਫਿਰ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ, ਜਿਸ ਨਾਲ ਇੱਥੇ ਕੇਂਦਰੀ ਜੇਲ੍ਹ ਦੇ ਵਿੱਚ ਇਹ ਅਟੈਕ ਹੋਇਆ। ਕਈ ਸਵਾਲ ਖੜੇ ਕਰ ਰਿਹਾ ਕਿ ਹਾਲਾਤ ਨੇ ਸਾਡੀਆਂ ਜੇਲ੍ਹਾਂ ਦੇ, ਜਿੱਥੇ ਕਿ ਅੰਦਰ ਇੱਥੇ ਕੈਦ ਗੈਂਗਸਟਰਾਂ ਨੇ ਸੀਆਰਪੀਐਫ ਜਵਾਨਾਂ 'ਤੇ ਹੀ ਹਮਲਾ ਕਰ ਦਿੱਤਾ। ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਨੇ ਆਪਣੇ ਸਾਥੀਆਂ ਦੇ ਨਾਲ ਅਟੈਕ ਕੀਤਾ ਔਰ ਇਸ ਡਿਊਟੀ 'ਤੇ ਤੈਨਾਤ ਸੀਆਰਪੀਐਫ ਜਵਾਨਾਂ ਨੂੰ ਜ਼ਖਮੀ ਕਰ ਦਿੱਤਾ।